ਸਿੱਖ ਸਟੂਡੈਂਟ ਫੈਡਰੇਸ਼ਨ ਦੇ ਆਗੂ ਅੱਜ ਅਕਾਲ ਤਖ਼ਤ ਸਾਹਿਬ ਦੇ ਜਥੇਦਾਰ ਨੂੰ ਮੰਗ ਪੱਤਰ ਦੇਣ ਦੇ ਲਈ ਪਹੁੰਚੇ, ਜਿੱਥੇ ਉਹਨਾਂ ਨੇ ਕਿਹਾ ਕਿ ਅਕਾਲੀ ਦਲ ਦੇ ਰਾਜ ਵਿੱਚ ਜੋ ਬੇਅਦਬੀਆਂ ਹੋਈਆਂ ਸਨ, ਅਕਾਲੀ ਦਲ ਦੇ ਲੀਡਰਾਂ ਨੂੰ ਸਖ਼ਤ ਤੋਂ ਸਖ਼ਤ ਸਜ਼ਾ ਦਿੱਤੀ ਜਾਣੀ ਚਾਹੀਦੀ ਹੈ। ਉਹਨਾਂ ਇਹ ਵੀ ਕਿਹਾ ਕਿ ਅਕਾਲੀ ਦਲ ਦੇ ਭਾਵੇਂ ਦੋ ਧੜੇ ਬਣ ਚੁੱਕੇ ਹਨ, ਪਰ ਦੋਵੇਂ ਧੜੇ ਹੀ ਗੁਨਾਹਗਾਰ ਨੇ ਤੇ ਜ਼ਿੰਮੇਵਾਰ ਵੀ ਨੇ। ਉਹਨਾਂ ਇਹ ਵੀ ਕਿਹਾ ਕਿ ਗੁਨਾਹਾਂ ਦੀ ਮਾਫ਼ੀ ਮੰਗਣ ਦੇ ਨਾਲ ਕੋਈ ਛੋਟਾ ਨਹੀਂ ਹੋ ਜਾਂਦਾ। ਜੇਕਰ ਉਹਨਾਂ ਨੇ ਮਾਫ਼ੀ ਮੰਗੀ ਹੈ ਕਿ ਅਸੀਂ ਗੁਨਾਹ ਕੀਤਾ ਹੈ, ਤੇ ਜਥੇਦਾਰ ਨੂੰ ਇਸ ਤੇ ਵਿਚਾਰ ਜ਼ਰੂਰ ਕਰਨਾ ਚਾਹੀਦਾ ਹੈ। ਇਸ ਤਰ੍ਹਾਂ ਹੈ ਕਿ ਅੱਜ ਅਸੀਂ ਅਕਾਲ ਤਖ਼ਤ ਸਾਹਿਬ ਦੇ ਸਕੱਤਰੇਟ ਤੇ ਜਥੇਦਾਰ ਸਾਹਿਬ ਨੂੰ ਇੱਕ ਮੰਗ ਪੱਤਰ ਦੇਣ ਆਏ ਸੀ। ਜਿਸ ਤਰ੍ਹਾਂ ਕਿ ਪ੍ਰਧਾਨ ਜੀ ਨੇ ਵੀ ਦੱਸਿਆ ਕਿ ਪਿਛਲੇ ਸਮੇਂ ਦੇ ਦੌਰਾਨ ਜਿਹੜੀਆਂ ਨਾ ਬੜੀਆਂ ਮੁੱਖ ਘਟਨਾਵਾਂ ਵਾਪਰੀਆਂ, ਜਿਨ੍ਹਾਂ ਦੇ ਨਾਲ ਸਿੱਖ ਕੌਮ ਦੇ ਅਕਸ਼ ਨੂੰ ਬੜੀ ਢਾਹ ਲੱਗੀ ਆ। ਸਾਡਾ ਅੰਤਰਰਾਸ਼ਟਰੀ ਪੱਧਰ 'ਤੇ ਵੀ ਵਿਕਾਰ ਜਿਹੜਾ ਵਾ ਸਿੱਖਾਂ ਦਾ ਆਪਸੀ ਜਿਹੜਾ ਵਾ ਖਰਾਬ ਹੋਇਆ ਅਤੇ ਆਪਸੀ ਜਿੱਦਾਂ ਇਹਦੇ ਨਾਲ ਭਿੜਤ ਰਹੀ ਆ ਕਿ ਅਸੀਂ ਆਪੋ ਪਾਟ ਦੇ ਵਿੱਚ ਰਹੇ ਹਾਂ। ਉਹਦੇ ਵਿੱਚ ਬਹਿਬਲ ਕਲਾਂ ਗੋਲੀਕਾਂਡ ਹੋ ਗਿਆ, ਗੁਰੂ ਗ੍ਰੰਥ ਸਾਹਿਬ ਜੀ ਦੀਆਂ ਬੇਅਦਬੀਆਂ ਹੋ ਗਈਆਂ, ਸੌਦਾ ਸਾਧ ਨੂੰ ਮਾਫ਼ੀ ਦੇਣ ਦਾ ਮੁੱਦਾ ਹੋ ਗਿਆ। ਇਹਦੇ ਵਿੱਚ ਜਿਹੜਾ ਮੰਨਿਆ ਜਾਂਦਾ ਕਿ ਮੁੱਖ ਤੌਰ ਦੇ ਉੱਤੇ ਜਿਹੜੀਆਂ ਉਦੋਂ ਸ਼ਕਤੀ ਦੀਆਂ ਧਿਰਾਂ ਸੀਗੀਆਂ, ਜਾਂ ਉਹ ਧਾਰਮਿਕ ਸੀਗੀਆਂ ਜਾਂ ਉਹ ਰਾਜਸੀ ਸ਼ਕਤੀ ਦੀਆਂ ਧਿਰਾਂ ਸੀਗੀਆਂ, ਅਕਾਲੀ ਦਲ ਸੀਗਾ ਜਾਂ ਇਹਨਾਂ ਨੂੰ ਮੁੱਖ ਤੌਰ 'ਤੇ ਜ਼ਿੰਮੇਵਾਰ ਮੰਨਿਆ ਗਿਆ ਕਿ ਇਹਨਾਂ ਨੇ ਉਦੋਂ ਮੌਕਾ ਰਹਿੰਦਿਆਂ ਜਿਹੜਾ ਵਾ ਕੋਈ ਵੀ ਐਕਸ਼ਨ ਪ੍ਰੋਪਰ ਨਹੀਂ ਲਿਆ, ਜਿਹਦੇ ਨਾਲ ਇੱਕ ਬੜਾ ਵੱਡਾ ਗਹਿਰਾ ਜਿਹੜਾ ਰੋਸ ਹੈ ਉਹ ਸਿੱਖ ਕੌਮ ਦੇ ਵਿੱਚ ਜਿਹੜਾ ਵਾ ਉਤਪਨ ਹੋਇਆ, ਉਹਦੇ ਨਾਲ ਧੜੇ ਬਣੇ, ਸਾਡਾ ਵਿਕਾਰ ਜਿਹੜਾ ਵਾ ਉਹ ਖਰਾਬ ਹੋਇਆ ਅੰਤਰਰਾਸ਼ਟਰੀ ਪੱਧਰ 'ਤੇ। ਉਹ ਅਸੀਂ ਮਹਿਸੂਸ ਕਰਦੇ ਹਾਂ ਵੀ ਉਦੋਂ ਇੱਕ ਕੋਈ ਛੋਟਾ ਧੜਾ ਜਾਂ ਕੋਈ ਗਿਣਤੀ ਦੇ ਬੰਦੇ ਨਹੀਂ ਉਸ ਲਈ ਜ਼ਿੰਮੇਵਾਰ ਨਹੀਂ ਹੈਗੇ। ਅੱਜ ਜਿਹੜੇ ਕੁਛ ਅਕਾਲੀ ਦਲ ਨਾਲੋਂ ਧੜਾ ਵੱਖਰਾ ਵੀ ਹੋ ਗਿਆ ਆ, ਕੁਛ ਲੋਕ ਵੱਖਰੇ ਹੋ ਗਏ ਨੇ, ਇਹ ਸਾਰੇ ਉਦੋਂ ਸਮੂਹਿਕ ਤੌਰ 'ਤੇ ਜ਼ਿੰਮੇਵਾਰ ਨੇ ਲੋਕ। ਇਹ ਉਹਨਾਂ ਦੀ ਵੀ ਉਨੀ ਜ਼ਿੰਮੇਵਾਰੀ ਬਣਦੀ ਹੈ ਜਿਹੜੀ ਉਸ ਸਮੇਂ ਦੀ ਕੋਰ ਕਮੇਟੀ ਸੀਗੀ, ਉਹਨਾਂ ਨੇ ਵੀ ਫੈਸਲੇ ਲਏ, ਜਾਂ ਜ਼ਿੰਮੇਵਾਰ ਲੀਡਿੰਗ ਪਰਸਨ ਸੀਗੇ ਜਿਹੜੇ ਅਕਾਲੀ ਦਲ ਦੇ, ਅੱਜ ਉਹ ਭਾਵੇਂ ਅਕਾਲੀ ਦਲ ਨਾਲੋਂ ਮੇਰੇ ਨਾਲੋਂ ਵੱਖਰੇ ਨੇ, ਇੱਕ ਵੱਖਰ ਧੜਾ ਬਣ ਗਿਆ। ਇਹਨਾਂ ਸਾਰਿਆਂ ਦੀ ਇੱਕ ਜ਼ਿੰਮੇਵਾਰੀ ਬਣਦੀ ਹੈ ਅਤੇ ਅਸੀਂ ਮਹਿਸੂਸ ਕਰਦੇ ਇਸ ਚੀਜ਼ ਨੂੰ, ਅਤੇ ਅਸੀਂ ਇਹਨਾਂ ਨੂੰ ਬੇਨਤੀ ਵੀ ਕਰਦੇ ਹਾਂ ਵੀ ਇਹਨਾਂ ਸਾਰਿਆਂ ਨੂੰ ਸ਼੍ਰੀ ਅਕਾਲ ਤਖ਼ਤ ਸਾਹਿਬ ਦੇ ਆ ਗਿਆ ਆਪਣੇ ਗੁਨਾਹਾਂ ਦੀ ਮਾਫ਼ੀ ਮੰਗਣੀ ਚਾਹੀਦੀ ਹੈ। ਇਹਦੇ ਨਾਲ ਕੋਈ ਛੋਟਾ ਨਹੀਂ ਹੋ ਜਾਂਦਾ, ਇਹ ਜੇ ਇਹਨਾਂ ਨੇ ਮੰਨ ਗਿਆ ਵੀ ਅਸੀਂ ਗਲਤੀਆਂ ਕੀਤੀਆਂ ਅਤੇ ਇਹਨਾਂ ਨੂੰ ਗੁਨਾਹ ਆਪਣੇ ਕਬੂਲ ਕਰ ਲੈਣੇ ਚਾਹੀਦੇ ਆ। ਜੇ ਇੱਦਾਂ ਕਰਦੇ ਆ ਤਾਂ ਕੌਮ ਦੇ ਵਿੱਚ ਏਕਤਾ ਵੱਧਦੀ ਆ, ਸਾਡਾ ਹੋਰ ਵਕਾਰ ਕੌਮ ਦਾ ਉੱਚਾ ਹੁੰਦਾ ਵਾ, ਸਾਡੀ ਆਪਸੀ ਪਿਆਰ ਵੱਧਦਾ ਵਾ। ਅੱਜ ਅਸੀਂ ਜਿਹੜਾ ਖੇਰੂੰ ਹੋਏ ਪਏ ਹਾਂ, ਇਹਨਾਂ ਖੇਰੂੰ ਹੋਣ ਦੇ ਨਾਲ ਜਿਹੜੀਆਂ ਦੂਜੀਆਂ ਸ਼ਕਤੀਆਂ ਵਾ ਉਹ ਸਾਡੀ ਕੌਮ ਨੂੰ ਨੀਵਾਂ ਵਿਖਾਉਣ ਦੇ ਲਈ, ਸਾਡੀ ਤਾਕਤ ਨੂੰ ਘੱਟ ਕਰਨ ਦੇ ਲਈ ਸਾਨੂੰ ਥਾਂ ਥਾਂ ਦੇ ਉੱਤੇ ਜਿਹੜੀ ਆ ਸਾਨੂੰ ਮੁਸ਼ਕਲਾਂ ਦਾ ਸਾਹਮਣਾ ਉਹਨਾਂ ਦਾ ਕਰਨਾ ਪੈ ਰਿਹਾ। ਤੋ ਅੱਜ ਸਮੇਂ ਦੀ ਬਹੁਤ ਵੱਡੀ ਲੋੜ ਵਾ ਕਿ ਇਹਨਾਂ ਨੂੰ ਇਹ ਆਪਣੇ ਨਿੱਜੀ ਮਫਾਤਾਂ ਤੋਂ ਉੱਪਰ ਉੱਠ ਕੇ ਜਿਹੜੇ ਵੀ ਗੁਨਾਹਗਾਰ ਲੋਕ ਨੇ ਬੜੀ ਇਮਾਨਦਾਰੀ ਦੇ ਨਾਲ ਆ ਕੇ ਜਿਹੜਾ ਵਾ ਇੱਥੇ ਕੋਰ ਕਮੇਟੀ ਨੂੰ, ਇਹਨਾਂ ਜਿਹੜੀ ਉਸ ਸਮੇਂ ਦੀ ਅਕਾਲੀ ਦਲ ਦੀ ਕੋਰ ਕਮੇਟੀ ਆ, ਜਥੇਦਾਰ ਸਾਹਿਬ ਨੂੰ ਅਸੀਂ ਇਹੀ ਅਪੀਲ ਕੀਤੀ ਆ ਕਿ ਇੱਕ ਬੜੀ ਪਾਵਰਫੁਲ ਕਿਸੇ ਪਾਰਟੀ ਦੀ ਜਿਹੜੀ ਕੋਰ ਕਮੇਟੀ ਹੁੰਦੀ ਆ ਉਹਨਾਂ ਨੂੰ ਵੀ ਇੱਥੇ ਆ ਕੇ ਇਹਨਾਂ ਗੁਨਾਹਾਂ ਦੀ ਮਾਫ਼ੀ ਮੰਗਣੀ ਚਾਹੀਦੀ, ਕਿਉਂਕਿ ਸਾਰਾ ਕੁਛ ਉਹਨਾਂ ਦੇ ਵੀ ਨੋਟਸ 'ਚ ਹੋਊਗਾ। ਇਹ ਅਕਾਲੀ ਦਲ ਦੀ ਸਮੁੱਚੀ ਜਿਹੜੀ ਮੁੱਖ ਲੀਡਰਸ਼ਿਪ ਆ ਉਹ ਸਵੀਕਾਰ ਕਰ ਚੁੱਕੀ ਹੈ ਇਸ ਚੀਜ਼ ਨੂੰ। ਇਹਦੇ ਵਿੱਚ ਇਹ ਹੈ ਵੀ ਇਹ ਕੋਈ ਘੱਟਦਾ ਨਹੀਂ, ਇਹਦੇ ਨਾਲ ਕੋਈ ਰੁਤਬਾ ਨਹੀਂ ਘੱਟਦਾ। ਇਹਦੇ ਗੁਰੂ ਮਹਾਰਾਜ ਦੀ ਬਾਣੀ ਵੀ ਕਹਿੰਦੀ ਆ ਜੋ ਸ਼ਰਨ ਆਵੇ ਅਤੇ ਸਿਕੰਠ ਲਾਵੇ, ਬਾਲਕ ਦੇ ਆ ਕੇ ਦਰ ਦੇ ਉੱਤੇ ਆਪਣੇ ਗੁਨਾਹਾਂ ਨੂੰ ਇਹ ਕਬੂਲ ਕਰਨਾ, ਅਤੇ ਜਿਹੜੀ ਹੈ ਮਾਲਕ ਇਹਨਾਂ ਨੂੰ ਚੜੀ ਸਬੱਤ ਬਖਸ਼ੀ ਅੱਗੇ, ਅਤੇ ਤਾਂ ਕਰਕੇ ਕਿ ਕੌਮ ਦੀ ਜਿਹੜੀ ਹੈ ਚੜ੍ਹਦੀ ਕਲਾ ਹੋ ਸਕਦੀ। ਇਹਦੇ ਵਿੱਚ ਅਸੀਂ ਮਹਿਸੂਸ ਕਰਦੇ ਹਾਂ ਵੀ ਸ਼੍ਰੋਮਣੀ ਕਮੇਟੀ ਆ, ਅਕਾਲੀ ਦਲ ਵਾ, ਇਹ ਸਾਡੀਆਂ ਧਾਰਮਿਕ ਅਤੇ ਰਾਜਸੀ ਧਿਰਾਂ ਨੇ। ਸਾਡੀ ਕੌਮ ਨੂੰ ਸ਼ਕਤੀ ਇੱਥੋਂ ਹੀ ਮਿਲਣੀ ਹੈ, ਬੜੀ ਕੁਰਬਾਨੀਆਂ ਵਾਲੀਆਂ ਜਿਹੜੀਆਂ ਵਾ ਇਹ ਹੈਗੀਆਂ ਧਿਰਾਂ ਨੇ। ਇਹਨਾਂ ਦੇ ਵਿਕਾਰ ਨੂੰ ਅਸੀਂ ਜਿਹੜਾ ਵਾ ਢਾਹ ਨਾ ਲਾਈਏ, ਇਹਨਾਂ ਨੂੰ ਨਾ ਪਿੱਛੇ ਲੈ ਕੇ ਜਾਈਏ। ਕੌਮ ਦੀ ਜੇ ਚੜ੍ਹਦੀ ਕਲਾ ਚਾਹੁੰਦੇ ਹਾਂ, ਜੇ ਸਿੱਖ ਪੰਥ ਦੀ ਚੜ੍ਹਦੀ ਕਲਾ ਚਾਹੁੰਦੇ, ਤਾਂ ਇਹ ਬੜੀਆਂ ਜ਼ਿੰਮੇਵਾਰ ਦੋ ਸਾਡੀਆਂ ਧਿਰਾਂ ਨੇ, ਰਾਜਸੀ ਅਤੇ ਜਿਹੜੀ ਹੈਗੀ ਆ ਪੋਲੀਟੀਕਲ ਧਿਰਾਂ ਜਿਹੜੀਆਂ ਹੈਗੀਆਂ ਨੇ, ਅਤੇ ਧਾਰਮਿਕ
ਇਹਨਾਂ ਨੂੰ ਚਾਹੀਦਾ ਕਿ ਆਪਣਾ ਜਿਹੜਾ ਵਾ ਉਹ ਜ਼ਿੰਮੇਵਾਰੀ ਦੇ ਨਾਲ ਆਪਣਾ ਰੋਲ ਜਿਹੜਾ ਵਾ ਨਿਭਾਉਂਦੇ ਰਹਿਣ, ਜਿਹੜੇ ਵੀ ਇਹਨਾਂ ਲਈ ਗੁਨਾਹਗਾਰ ਇਹਨਾਂ ਚੀਜ਼ਾਂ ਲਈ ਹੈਗੇ ਨੇ, ਉਹਨਾਂ ਨੂੰ ਆਪਣੀ ਇਮਾਨਦਾਰੀ ਦੇ ਨਾਲ ਇੱਥੇ ਆ ਕੇ ਪੂਰੀ ਸਮੁੱਚੀ ਸਿੱਖ ਕੌਮ ਦੇ ਸਾਹਮਣੇ ਜਿਹੜਾ ਆਪਣਾ ਪੱਖ ਰੱਖ ਦੇਣਾ ਚਾਹੀਦਾ ਅਕਾਲ ਤਖ਼ਤ ਸਾਹਿਬ 'ਤੇ ਆ ਕੇ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ। ਬਹਿਬਲ ਕਲਾਂ ਗੋਲੀਕਾਂਡ ਵਰਗੇ ਇੱਕ ਅਹਿਮ ਜਿਹੜੇ ਆ ਜਿਹੜੇ ਮਸਲੇ ਆ ਉਹਦੇ ਉੱਤੇ ਸਿੱਧੇ ਤੌਰ 'ਤੇ ਸ਼੍ਰੋਮਣੀ ਅਕਾਲੀ ਦਲ ਨੂੰ ਆਪਾਂ ਸਾਰੇ ਗੁਨਾਹ ਮੰਨਦੇ ਹਾਂ ਕਿ ਉਹਨਾਂ ਨੇ ਉਹਨਾਂ ਦੀ ਸਰਕਾਰ ਵੇਲੇ ਆ ਇਹ ਬੇਦਬੀ ਹੋਈਆਂ ਸਨ। ਇਹ 'ਚ ਕੋਈ ਸ਼ੱਕ ਨਹੀਂ ਆ ਕਿ ਸ਼੍ਰੋਮਣੀ ਅਕਾਲੀ ਦਲ ਅਤੇ ਉਸ ਸਮੇਂ ਦੀ ਅਕਾਲੀ ਸਰਕਾਰ ਵੱਲੋਂ ਇਹ ਜਿਹੜੀ ਘਟਨੀਆਂ ਵਾਪਰੀਆਂ ਸਨ, ਸਾਰੀ ਸਿੱਖ ਕੌਮ ਦੇ ਹਿਰਦਿਆਂ ਵਿੱਚ ਬੜਾ ਇਸ ਚੀਜ਼ ਦਾ ਗਹਿਰਾ ਦੁੱਖ ਆ, ਕਿਉਂਕਿ ਸਾਡੇ ਗੁਰੂ ਗ੍ਰੰਥ ਸਾਹਿਬ ਮਹਾਰਾਜ ਸਭ ਇਸ਼ਟ ਹਨ ਅਤੇ ਅੱਜ ਅਸੀਂ ਸਿੱਖ ਸਿੰਘ ਫਾਊਂਡੇਸ਼ਨ ਮਹਿਤਾ ਵੱਲੋਂ ਸ਼੍ਰੀ ਅਕਾਲ ਤਖ਼ਤ ਸਾਹਿਬ ਵਿਖੇ ਸਕੱਤਰੇ ਦੇ ਵਿਖੇ ਅੱਜ ਮੰਗ ਪੱਤਰ ਦੇਣ ਵਾਸਤੇ ਆਏ ਹਾਂ ਕਿ ਜੋ ਬੇਦਬੀ ਘਟਨਾ ਵਾਪਰੀਆਂ ਹਨ ਸ਼੍ਰੋਮਣੀ ਅਕਾਲੀ ਦਲ ਦੀ ਸਰਕਾਰ ਨੇ ਉਸ ਗੁਨਾਹਾਂ ਨੂੰ ਮੰਨਿਆ ਹੈ ਅਤੇ ਸਿੱਧੇ ਤੌਰ 'ਤੇ ਸ਼੍ਰੋਮਣੀ ਅਕਾਲੀ ਦਲ ਦੇ ਉਸ ਸਮੇਂ ਦੀ ਭਾਵੇਂ ਉਹ ਕੈਬਨਿਟ ਸੀ ਉਹ ਵੀ ਗੁਨਾਹਗਾਰ ਹੈ ਅਤੇ ਉਸ ਸਮੇਂ ਦੀ ਜਿਹੜੀ ਕੋਰ ਕਮੇਟੀ ਆ ਜਿਹੜੀ ਅਹਿਮ ਕੋਰ ਕਮੇਟੀ ਮੀਟਿੰਗ ਕਰਦੀ ਹੈ ਇਹ ਜੇ ਸਾਨੂੰ ਬੇਨਤੀ ਕਰਨ ਵਾਸਤੇ ਆਏ ਹਾਂ ਕਿ ਉਸ ਸਮੇਂ ਦੀ ਜਿਹੜੀ ਕੋਰ ਕਮੇਟੀ ਆ ਉਸ ਨੂੰ ਵੀ ਤਲਬ ਕੀਤਾ ਜਾਵੇ, ਉਸ ਨੂੰ ਸਜ਼ਾ ਲਾਈ ਜਾਵੇ, ਕਿਉਂਕਿ ਜਿਹੜੀ ਘਟਨਾ ਵਾਪਰੀਆਂ ਹਨ ਪੰਥ ਸਰਕਾਰ ਸੀ ਅਕਾਲੀ ਦਲ ਦੀ ਅਤੇ ਬੜੀ ਦੁੱਖ ਦੀ ਗੱਲ ਹੈ ਕਿ ਉਸ ਟਾਈਮ ਦੇ ਸਾਡੀ ਸਰਕਾਰ ਨੇ ਅਸੀਂ ਵੀ ਸਰਕਾਰ ਦਾ ਚਲੋ ਅਸੀਂ ਫੈਡਰੇਸ਼ਨ ਵੱਲੋਂ ਵੀ ਇਹਨਾਂ ਸਹਿਯੋਗ ਦਿੰਦੇ ਰਹੇ ਹਾਂ, ਪਰ ਜਦੋਂ ਗੁਰੂ ਮਹਾਰਾਜ ਬੇਦਬੀ ਦਾ ਮਸਲਾ ਆਉਂਦਾ ਹੈ ਉਸ ਵਿੱਚ ਅਸੀਂ ਸਾਡੇ ਵਾਸਤੇ ਸਭ ਤੋਂ ਪਹਿਲਾਂ ਗੁਰੂ ਗ੍ਰੰਥ ਸਾਹਿਬ ਮਹਾਰਾਜ ਸਭ ਤੋਂ ਸਾਨੂੰ ਪਹਿਲ ਹਨ, ਇਸ ਕਰਕੇ ਅਸੀਂ ਜੇ ਤਾਂ ਸਾਨੂੰ ਬੇਨਤੀ ਕਰਦੇ ਹਾਂ ਕਿ ਉਸ ਸਮੇਂ ਦੀ ਜਿਹੜੀ ਕੋਰ ਕਮੇਟੀ ਆ ਉਸ ਨੂੰ ਵੀ ਤਲਬ ਕੀਤਾ ਜਾਵੇ, ਕਿਉਂਕਿ ਕੋਰ ਕਮੇਟੀ ਦੇ ਅਹਿਮ ਫੈਸਲੇ ਕੀਤੇ ਗਏ ਹਨ ਅਤੇ ਕੈਬਨਿਟ ਜਿਹੜੀ ਕੈਬਨਿਟ ਆ ਉਹਨੂੰ ਵੀ ਤਲਬ ਕੀਤਾ ਜਾਵੇ। ਇਹ 'ਚ ਕੋਈ ਸ਼ੱਕ ਨਹੀਂ ਆ ਕਿ ਅਕਾਲੀ ਦਲ ਦੇ ਧੜੇ ਦੋ ਧੜੇ ਬਣ ਚੁੱਕੇ ਹਨ, ਪਰ ਜਿੰਨੇ ਵੀ ਧੜੇ ਹਨ ਇਹ ਸਮੂਹਿਕ ਰੂਪ 'ਤੇ ਇਹ ਸਾਰੇ ਜ਼ਿੰਮੇਵਾਰ ਹਨ, ਇਹਨਾਂ ਸਾਰਿਆਂ ਨੂੰ ਤਲਬ ਕਰਕੇ ਜਿਹੜੀ ਆ ਸਭ ਤੋਂ ਸਜ਼ਾ ਲਾਉਣੀ ਚਾਹੀਦੀ ਹੈ।